ਕੁਲਵੰਤ ਸਿੰਘ ਵਿਰਕ ਦੀ ਕਹਾਣੀ ਦੁੱਧ ਦਾ ਛੱਪੜ ਚਾਚੇ ਤਾਏ ਦਾ ਪੁੱਤਰ ਹੋਣ ਕਰਕੇ ਲਾਲ ਤੇ ਦਿয়াল ਦਾ ਆਪੋ ਵਿੱਚ ਬੜਾ ਪਿਆਰ ਸੀ। ਉਹਨਾਂ ਦੀ ਵਾਹੀ ਵੀ ਇਕੱਠੀ ਸੀ। ਪਿੰਡ 'ਚ ਇਕੱਠ ਦਾ ਬੜਾ ਰੋਪ ਪੈਂਦਾ ਹੈ। ਦੋ ਸਕੇ ਭਰਾਵਾਂ ਨਾਲ ਜੇ ਦੋ ਚਾਚੇ ਤਾਏ ਦੇ ਪੁੱਤਰ ਰਲ ਕੇ ਟੁਰਦੇ ਆ ਤਾਂ ਉਹਨਾਂ ਨੂੰ ਹੋਰ ਵੱਡੀ ਤਾਕਤ ਸਮਝਿਆ ਜਾਂਦਾ ਹੈ ਕਿਉਂਕਿ ਇਹੋ ਜਿਹਾ ਮੇਲ ਘਟ ਵੇਖਣ ਚਾਹੁੰਦਾ ਹੈ। ਭਰਾਵਾਂ ਨੇ ਤਾਂ ਪੜਾ ਰਲ ਕੇ ਟੁਰਨਾ ਹੀ ਹੋਇਆ। ਇਸ ਲਈ ਇਹਨਾਂ ਦੋਹਾਂ ਲਾਲ ਤੇ ਦਿਆਲ ਦਾ ਵੀ ਪਿੰਡ ਵਿੱਚ ਲੋਕ ਨਾ ਲੈਂਦੇ ਸਨ ਕਾਮਿਆਂ ਨੂੰ ਕੰਮ ਕਹਿਣਾ ਉਹਨਾਂ ਲਈ ਸੌਖਾ ਸੀ ਕਿਉਂਕਿ ਛੇਤੀ ਆਖੇ ਲੱਗ ਜਾਂਦੇ ਸਨ ਪਿੰਡ ਦੀਆਂ ਗਲੀਆਂ 'ਚ ਟੁਰਨਾ ਉਹਨਾਂ ਨੂੰ ਸਵਾਦ ਦਿੰਦਾ ਸੀ ਕਿਉਂਕਿ ਉੱਥੇ ਉਹਨਾਂ ਦਾ ਆਦਰ ਸੀ ਇਸ ਮੁਫਤ ਦੇ ਆਦਰ ਤੋਂ ਬਿਨਾਂ ਹੀ ਇਕੱਠਿਆਂ ਉਹਨਾਂ ਦੀ ਉਹਨਾਂ ਦਾ ਵਾਹੀ ਜੋਤੀ ਦਾ ਕੰਮ ਵੀ ਸੌਖਾ ਚੱਲਦਾ ਸੀ ਰਲ ਕੇ ਉਹ ਦੋ ਹਲਾਂ ਦੀ ਵਾਹੀ ਕਰਦੇ ਸਨ ਇੱਕ ਕਾਮਾ ਰੱਖ ਲੈਣ ਨਾਲ ਉਹਨਾਂ 'ਚੋਂ ਇੱਕ ਬੰਦਾ ਹਰ ਰੋਜ਼ ਸੌਖਾ ਰਹਿ ਸਕਦਾ ਸੀ ਤੇ ਕੰਮ ਵੀ ਚੰਗਾ ਟੁਰਿਆ ਜਾਂਦਾ ਸੀ ਇੱਕ ਹਲਦੀ ਵਾਹੀ ਇੱਕ ਤੇ ਬੇਸਵਾਦ ਹੁੰਦੀ ਹੈ ਤੇ ਦੂਜਾ ਸੂਤਰ ਨਹੀਂ ਬੈਠਦੀ ਤੇ ਜੇ ਇਕੱਲੇ ਹੋ ਤੋ ਬੰਦਾ ਡੰਗਰਾਂ ਨਾਲ ਡੰਗਰ ਹੋ ਜਾਂਦਾ ਤੇ ਜੇ ਕੰਮਾਂ ਰੱਖੇ ਤਾਂ ਪੂਰਾ ਨਹੀਂ ਭਟਦਾ ਇਕੱਠੀ ਵਾਹੀ ਤੀਸਰੇ ਬੰਦੇ ਨੂੰ ਜਿਹੜਾ ਵੇਲ ਦੇ ਰਹੀ ਸੀ ਉਹ ਸਾਰਾ ਦਿਆਲ ਹੀ ਮਾਣਦਾ ਉਹ ਗੋਰੇ ਰੰਗ ਦਾ ਸੋਹਣੀ ਸ਼ਕਲ ਵਾਲਾ ਪਹਾੜਾ ਜਾਂ ਗੱਭਰੂ ਸੀ ਪਹਿਲੇ ਪੈਰ ਤੇ ਉਹ ਪਹਿਲੀਆਂ 'ਚ ਕੁਝ ਕੰਮ ਕਰਦਾ ਪਰ ਪਿਛਲੇ ਪੈਰ ਰੋਜ ਉਹ ਚੱਟੇ ਕੱਪੜੇ ਪਾ ਕੇ ਪਿੰਡ 'ਚ ਪੌਂਦਾ ਰਹਿੰਦਾ ਜਾਂ ਖੁੰਡਾਂ ਤੇ ਬੈਠਾ ਰਹਿੰਦਾ ਤੇ ਲੋਕੀ ਉਸ ਨਾਲ ਅੱਖ ਮਿਲਾ ਕੇ ਉਸ ਨਾਲ ਗੱਲਾਂ ਕਰਕੇ ਖੁਸ਼ ਹੁੰਦੇ ਪਰ ਪਿੰਡ ਵਾਲਿਆਂ ਦੀ ਤੇ ਦਿਆਲ ਦੀ ਇਹ ਸਾਰੀ ਖੁਸ਼ੀ ਲਾਲ ਦੇ ਸਿਰ ਤੇ ਸੀ ਜਿਹਨੂੰ ਪਿੱਛੋਂ ਕੰਮ ਕਰਨਾ ਪੈਂਦਾ ਕੱਲ ਤੂੰ ਪਿੰਡੋਂ ਹੀ ਨਹੀਂ ਨਿਕਲਿਆ ਪਿਛਲੇ ਪੈਰ ਵਾੜ ਦੇਣੀ ਸੀ ਕਣਕ ਨੂੰ ਦੋ ਬੰਦਿਆਂ 'ਚ ਵਾੜ ਤੈਨੂੰ ਪਤਾ ਬੜੀ ਔਖੀ ਹੁੰਦੀ ਐ ਲਾਲ ਕਦੀ ਉਲਾਮਾ ਦਿੰਦਾ ਐਵੇਂ ਆਲਸ ਕਰ ਛੱਡਿਆ ਪਿੰਡ ਥਾਣੇਦਾਰ ਆਇਆ ਹੋਇਆ ਸੀ ਤੇ ਮੈਂ ਆਖਿਆ ਕੋਈ ਗੱਲਬਾਤ ਸੁਣਾਂਗੇ ਦਿਆਲ ਨੀਵੀਂ ਖਿੱਚ ਛੱਡਦਾ ਤੇ ਲਾਲ ਚੁੱਪ ਹੋ ਜਾਂਦਾ ਲਾਲ ਦੀ ਵੋਟੀ ਵੀ ਦਿਆਲ ਨੂੰ ਆਪਣੇ ਘਰ 'ਚ ਫਿਰਦਿਆਂ ਵੇਖਦੀ ਤੇ ਜਦੋਂ ਲਾਲ ਬਾਹਰ ਪੈਲੀਆਂ 'ਚ ਕੰਮ ਲੱਗਾ ਹੋਇਆ ਹੁੰਦਾ ਉਹਨਾਂ ਦੇ ਘਰ ਦੀ ਸਾਂਝੀ ਕੰਧ ਤੋਂ ਪਾਰ ਉਹਦੀ ਪੱਗ ਇੱਧਰ ਉੱਧਰ ਭੌਂਦੀ ਦਿਸਦੀ ਕਦੀ ਉਹ ਆਪਣੇ ਮੁੰਡੇ ਨੂੰ ਚੁੱਕ ਕੇ ਘਰੋਂ ਇੱਕ ਲੱਕੜ ਫੜ ਤਰਖਾਣਾ ਵੱਲ ਲੈ ਜਾਂਦਾ ਤੇ ਉੱਥੇ ਬੈਠ ਕੇ ਉਹਨੂੰ ਗੱਡੀ ਬਣਵਾ ਦਿੰਦਾ ਕਦੀ ਆਪਣੀ ਵੋਟੀ ਦਾ ਸਾਗ ਚੀਰਨ ਵਾਲਾ ਦਾਤਰ ਚੁੱਕੇ ਲੋਹਾਰਾਂ ਪਾਸੋਂ ਲਵਾਨ ਟੁਰ ਪੈਂਦਾ ਤੇ ਕਦੀ ਸੱਤੋ ਜੁਨਾਹੀ ਨੂੰ ਚਰਖਾ ਚੋਂ ਚੁਕਵਾ ਕੇ ਉਹਦੀ ਕਾਣ ਕਢਵਾ ਲਿਆਉਂਦਾ ਲਾਲ ਦੀ ਵੋਟੀ ਦੇ ਸਾਰੇ ਕੰਮ ਉਸੇ ਤਰ੍ਹਾਂ ਹੀ ਪਏ ਰਹਿੰਦੇ ਦਿਆਲ ਦੀ ਘਰ ਚ ਪੌਂਦੀ ਪੱਗ ਤੇ ਆਉਂਦੀ ਆਵਾਜ਼ ਉਹਦੀਆਂ ਕਈ ਸੱਦਰਾਂ ਟੁੰਬਦੀ ਜੇ ਕਦੀ ਲਾਲ ਵੀ ਇਸੇ ਵੇਲੇ ਘਰ ਆ ਸਕੇ ਤਾਂ ਉਹਨੂੰ ਦੁੱਧ ਪਾ ਕੇ ਦੇਵੀ ਪਿੰਡ ਚ ਜਾਣ ਲਈ ਉਹਨੂੰ ਛਿੱਟੇ ਛਿੱਟੇ ਕੱਪੜੇ ਪੁਆਏ ਤੇ ਉਹਦੇ ਕੱਪੜੇ ਪਾਉਂਦਿਆਂ ਨੂੰ ਝਟਪਟ ਉਹਦੀ ਪੱਗ ਨੂੰ ਮਾਇਆ ਲਾ ਦੇਵੀ ਹੁਣ ਤੇ ਨਾ ਕੱਪੜੇ ਧੋਣ ਤੇ ਨਾ ਪਾਉਣ ਦਾ ਕੋਈ ਸੁਆਦ ਸੀ ਅਠੀ ਦਸੀ ਦਿਨੀ ਰਾਤ ਨੂੰ ਸੌਣ ਲੱਗਿਆਂ ਧੋਤੇ ਕੱਪੜੇ ਸਹਰਾਣੇ ਰਖਵਾ ਲੈਂਦਾ ਤੇ ਸਵੇਰੇ ਉੱਠ ਕੇ ਰਾਤ ਦੇ ਲਾਏ ਹੋਏ ਮੈਲੇ ਕੱਪੜੇ ਸਹਰਾਣੇ ਰੱਖ ਕੇ ਉਹ ਛਿੱਟੇ ਕੱਪੜੇ ਪਾ ਲੈਂਦਾ ਪਰ ਛੇਤੀ ਇਹ ਵੀ ਮੈਲੇ ਹੋ ਜਾਂਦੇ ਤੇ ਫਿਰ ਕਈ ਦਿਨੋਂ ਮੈਲੇ ਪਾਈ ਫਿਰਦਾ ਤੇ ਜੇ ਲਾਲਵੀ ਦਿਆਲ ਵਾਂਗ ਸ਼ਾਮ ਘਰ ਬਤਾ ਸਕੀ ਤੇ ਫਿਰ ਰਾਤ ਨੂੰ ਜਦੋਂ ਲਾਲ ਘਰ ਆਉਂਦਾ ਤਾਂ ਆਖਦੀ ਤੂੰ ਦਾ ਕੰਮਾਂ ਰੱਖਿਆ ਹੋਇਆ ਆਪ ਤੇ ਸਰਦਾਰ ਪਿੰਡ ਫਿਰਦਾ ਰਹਿੰਦਾ ਤੇ ਤੂੰ ਉੱਥੇ ਮਿੱਟੀ ਨਾਲ ਖੋਲਦਾ ਰਹਿਣਾ ਪਿੰਡ ਫਿਰਨ ਚ ਕੀ ਪਿਆ ਪਾਣੀ ਦੀ ਵਾਰੀ ਦੀ ਗੱਲ ਕਰਨੀ ਸੀ ਇਸ ਕਰਕੇ ਆਇਆ ਸੀ ਉਹ ਲਾਲ ਗੱਲ ਬੁਲਾਉਂਦਾ ਤੇ ਫਿਰ ਮਰਮ ਲਾਉਂਦਾ ਕਦੀ ਹਲ-ਫਲ ਠੀਕ ਕਰਾਣਾ ਹੁੰਦਾ ਕੋਈ ਰੱਸਾ ਪੈੜਾ ਵਟਣਾ ਹੁੰਦਾ ਜਾਂ ਕੋਈ ਬੰਦਾ ਦਿਹਾੜੀ ਲਈ ਆਖਣਾ ਹੁੰਦਾ ਪਿੰਡ ਵਿੱਚ 100 ਕੰਮ ਹੁੰਦੇ ਨੇ ਪਿੰਡ ਕੰਮ ਹੁੰਦੇ ਨੇ ਤੂੰ ਵੀ ਆ ਜਾਇਆ ਕਰ ਕਦੀ ਜਰੂਰ ਉਸੇ ਹੀ ਕਰਨੇ ਹੁੰਦੇ ਨੇ ਪਿੰਡ ਵਾਲੇ ਕੰਮ ਹਲਾ ਮੈਂ ਆ ਜਾਇਆ ਕਰੂੰਗਾ ਇਹਦੇ ਚ ਕਿਹੜੀ ਗੱਲ ਉਹ ਆਂਦਾ ਮੈਂ ਲੱਗ ਜਾਣਾ ਮੈਂ ਆਣਾ ਹਲਾ ਤੂੰ ਲੱਗ ਜਾ ਤੇ ਲਾ ਲਾਉਣ ਲਈ ਕਹਿ ਕੇ ਦਿੰਦਾ ਕਹਿ ਤੇ ਦਿੰਦਾ ਪਰ ਉਹ ਆਇਆ ਕਦੀ ਨਾ ਇਸ ਬਿੜੀ ਚ ਅਸਲ ਚ ਪਿਆਲ ਦੇ ਹੀਟ ਵਗ ਰਿਹਾ ਸੀ ਉਤਾਰੇ ਚੜੇ ਉੱਠਦਾ ਕੰਮੇ ਨਾਲ ਹਲ ਜੋੜ ਕੇ ਲੈ ਜਾਂਦਾ ਮਗਰ ਉਹ ਦਿਨ ਆਲ ਥਮੀ ਵੇਲੇ ਉੱਠ ਕੇ ਮੱਝੀ ਨੂੰ ਬਾਹਰ ਕੱਢਦਾ ਪੱਠੇ ਪਾਉਂਦਾ ਫਿਰ ਚਾਉਂਦਾ ਡੰਗਰਾਂ ਜੋਗੇ ਪੱਠੇ ਵੱਢ ਕੇ ਉਹਨਾਂ ਨੂੰ ਛੇੜ ਕੇ ਲੈ ਜਾਂਦਾ ਥੋੜਾ ਜਿਹਾ ਫਿਰ ਫਰਾਟਰਾ ਕੇ ਮੋੜ ਲਿਆਉਂਦਾ ਪਿਛਲੇ ਪੈਰੂ ਪਿੰਡ ਕਦੀ ਕਿਸੇ ਢਾਣੀ ਨਾਲ ਸ਼ਰਾਬ ਪੀਂੜਦਾ ਕਦੀ ਤਾਸ਼ ਖੇਡਦਾ ਰਹਿੰਦਾ ਕਦੀ ਅਖਬਾਰਾਂ ਦੀਆਂ ਖਬਰਾਂ ਸੁਣਦਾ ਸਮਝਦਾ ਰਹਿੰਦਾ ਵਾਹੀ ਦਾ ਤੇ ਸਾਰਾ ਭਾਰਤ ਦੇ ਨੂੰ ਦਿਨ ਲਾਲ ਤੇ ਪੈਂਦਾ ਜਾ ਰਿਹਾ ਸੀ ਲਾਲ ਸਦਾ ਯਾਰ ਬੇਲੀ ਗੰਢਣ ਤੇ ਆਪਣਾ ਰਸੂਖ ਬਣਾਉਣ ਤੇ ਰਹਿੰਦਾ ਪਰ ਭਿਆਲੀ ਜੇ ਇਸ ਤਰ੍ਹਾਂ ਹੀ ਹੁੰਦਾ ਇੱਕ ਤੇਰ ਬਹੁਤਾ ਕੰਮ ਕਰਦੀ ਹੈ ਤੇ ਇੱਕ ਥੋੜਾ ਜੰਨਾ ਚਰ ਬਹੁਤਾ ਕੰਮ ਕਰਨ ਵਾਲੀ ਧਿਰ ਚੁੱਪ ਕੀਤੀ ਰਹੇ ਪਿਆਲੀ ਚਲਦੀ ਰਹਿੰਦੀ ਹੈ ਤੇ ਜਦੋਂ ਉਹ ਇਹ ਬਹੁਤਾ ਕੰਮ ਚੁੱਬਣ ਲੱਗ ਜਾਏ ਤਾਂ ਪਿਆਲੀ ਟੁੱਟ ਜਾਂਦੀ ਹੈ ਇੱਕ ਦਿਨ ਬਾਡੀਆਂ ਤੋਂ ਪਿੱਛੇ ਲੋਹਾਰਾਂ ਦੇ ਮੁੰਡੇ ਜੱਟਾਂ ਤੋਂ ਕਣਕ ਦੀਆਂ ਭਰੀਆਂ ਇਕੱਠੀਆਂ ਕਰ ਰਹੇ ਸੀ ਲਾਲ ਇੱਕ ਹੋਰ ਜੱਟ ਦੇ ਡੇਰੇ ਤੇ ਬੈਠਾ ਸੀ ਲੋਹਾਰਾਂ ਦਾ ਇੱਕ ਮੁੰਡਾ ਉਸ ਜੱਟ ਤੋਂ ਭਰੀ ਮੰਗਣ ਆ ਗਿਆ ਉਸ ਨਾਲ ਦਾ ਦੂਜਾ ਮੁੰਡਾ ਕੋਲ ਸੜਕ ਤੋਂ ਭਰੀ ਚੁੱਕੀ ਲੰਘ ਰਿਹਾ ਸੀ ਉਹ ਭਰੀ ਕਿੱਥੋਂ ਲਿਆਇਓ ਉਸ ਜੱਟ ਨੇ ਭਰੀ ਮੰਗਣ ਆਏ ਮੁੰਡੇ ਤੋਂ ਦੂਜੀ ਭਰੀ ਬਾਰੇ ਪੁੱਛਿਆ ਇਹ ਤੇ ਇਥੋਂ ਦਿਆਲ ਦੇ ਖਲਵਾੜੇ ਤੋਂ ਲਿਆਏ ਆ ਲਾਲ ਨੇ ਸੁਣਿਆ ਤਾਂ ਉਹਨੂੰ ਆਪਣਾ ਲਹੂ ਠੰਡਾ ਹੁੰਦਾ ਲੱਗਿਆ ਖਲਵਾੜਾ ਤਾਂ ਸਾਂਝਾ ਸੀ ਪਰ ਨਾਂ ਦਿਆਲ ਦਾ ਵੱਜ ਰਿਆ ਸੀ ਕੰਮ ਚ ਰੁੱਝੇ ਲਾਲ ਦਾ ਤੇ ਆਪਣੇ ਭੁਏ ਭਾਂਡੇ ਤੋਂ ਵੀ ਨਾਂ ਮਿਟਦਾ ਜਾ ਰਿਹਾ ਸੀ ਉਹਨੇ ਡਰੇ ਹੋਣ ਦਾ ਫੈਸਲਾ ਕਰ ਲਿਆ ਵਾਡੀਆਂ ਪਿੱਛੇ ਹੁਣ ਵੀ ਇਹ ਵਾਈਆਂ ਬਦਲਣ ਦੇ ਦਿਨ ਸਨ ਦਾਣੇ ਤੇ ਉਹ ਪਹਿਲਾਂ ਹੀ ਵੰਡ ਲੈਂਦੇ ਸਨ ਇਸ ਵਾਰੀ ਉਹਨੇ ਤੂੜੀ ਵੀ ਵੰਡ ਲਈ ਮੱਜਾਂ ਪੜੀਆਂ ਵਖਰੀਆਂ ਬਣ ਲਈਆਂ ਇੱਕ ਸੱਜਰ ਸੂਈ ਮੱਜ ਦਾ ਥੋੜਾ ਜਿਹਾ ਵਕਤ ਸੀ ਉਹਦੀ ਕੱਟੀ ਮਰ ਗਈ ਹੋਈ ਸੀ ਤੇ ਉਹ ਦਿয়াল ਦੇ ਹੱਥ ਤੇ ਪਈ ਹੋਈ ਸੀ ਕਿਸੇ ਹੋਰ ਤੋਂ ਨਹੀਂ ਸੀ ਮਿਲਦੀ ਲਾਲ ਨੇ ਕੁਝ ਦਿਨ ਉਹਨੂੰ ਛੋਲਿਆਂ ਦੇ ਵੰਡ ਚ ਲੂਣ ਘੋਲ ਕੇ ਪਾਇਆ ਆਪਣੇ ਹੱਥ ਤੇ ਆਟਾ ਚਰ ਆਇਆ ਤਲੀ ਤੋਂ ਧਾਰਾਂ ਮਾਰ ਕੇ ਉਹਨੂੰ ਚਟਾਈਆਂ ਆਪਣੇ ਮੂੰਹ ਚ ਧਾਰ ਲੈ ਕੇ ਉਹਦੀਆਂ ਨਾਸਾਂ ਤੇ ਫੁਰਕੜਾ ਮਾਰਿਆ ਤੇ ਹੌਲੀ-ਹੌਲੀ ਉਹ ਤੋਂ ਵੀ ਮਿਲਣ ਲੱਗ ਪਈ ਪਰ ਦਿਆਲ ਨਾਲ ਉਸ ਮੱਝ ਦਾ ਪਿਆਰ ਨਾ ਟੁੱਟਾ ਜਦੋਂ ਕਦੀ ਖੁੱਲਦੀ ਉਸੇ ਕੋਲ ਜਾ ਖਲ ਹੁੰਦੀ ਜਾਂ ਉਹਦੀਆਂ ਮੱਜਾਂ ਚ ਰਲ ਜਾਂਦੀ ਮੱਝ ਦਾ ਤੇ ਦਿਆਲ ਨਾਲ ਪਿਆਰ ਬਣਿਆ ਰਿਹਾ ਪਰ ਲਾਲ ਤੇ ਦਿਆਲ ਇੱਕ ਦੂਜੇ ਤੋਂ ਦੂਰ ਦੂਰ ਹੁੰਦੇ ਗਏ ਪਹਿਲੀਆਂ ਨੇੜੇ ਹੋਣ ਕਰਕੇ ਉਹਨਾਂ ਦੇ ਡੰਗਰ ਖੁੱਲ ਕੇ ਇੱਕ ਦੂਜੇ ਦੀ ਪਹਿਲੀ ਚ ਪੈ ਜਾਂਦੇ ਤੇ ਇਸ ਵਿੱਚੋਂ ਕਈ ਉਲਮੇ ਨਿਕਲਦੇ ਹਰ ਇਹੋ ਜੇ ਮੌਕੇ ਤੇ ਦੋਵੇਂ ਇੱਕ ਦੂਜੇ ਤੋਂ ਵੱਧ ਕੇ ਗੱਲਾਂ ਕਰਦੇ ਤੇ ਕੋਈ ਧਿਰਨੀ ਵੀ ਨਾ ਖਿੱਚਦੀ ਤੇ ਜਦੋਂ ਦਿਆਲ ਦੀ ਨਿੱਕੇ ਜੀ ਕੱਟੀ ਲੱਕੜਾਂ ਦੇ ਵਿਰਲ ਵਿੱਚੋਂ ਨਿਕਲ ਕੇ ਸਾਰੀ ਰਾਤ ਲਾਲ ਦੇ ਬਿਜੇ ਗੁੰਗਲੂਆਂ 'ਚ ਫਿਰਦੀ ਰਹੀ ਤਾਂ ਦਿਆਲ ਨੇ ਅਗੋਂ ਉਲਟਾ ਕਿਹਾ ਮੈਂ ਕੱਟੀ ਦੇ ਨਾਲ ਤਾਂ ਨਹੀਂ ਨਾ ਵੱਜ ਜਾਣਾ ਇਹ ਨਿੱਕੇ ਨਿੱਕੇ ਜੀ ਸੱਜਿਓ ਖੱਬੇ ਕਿਧਰੋਂ ਨਿਕਲ ਹੀ ਜਾਂਦੇ ਨੇ ਤੇ ਫਿਰ ਅਗਲੇ ਦਿਨ ਜਦੋਂ ਲਾਲ ਦੀ ਘੋੜੀ ਸੰਗਣ ਲੱਗੇ ਨਾਲ ਦਿਆਲ ਦੀ ਫਲੀ ਹੋਈ ਕਪਾਹ 'ਚ ਬੂਟੇ ਭਾਂਦੀ ਤੇ ਫੜ ਕੇਰਦੀ ਰਹੀ ਤਾਂ ਲਾਲ ਨੇ ਕਹਿ ਛੱਡਿਆ ਵੀ ਘੋੜੀ ਤੇ ਕਪਾਹ ਨੂੰ ਮੂੰਹ ਨਹੀਂ ਲਾਉਂਦੀ ਬੂਟੇ ਤੇ ਉਦੋਂ ਭੱਜਦੇ ਨੇ ਜਦੋਂ ਸੰਗਲੀ ਹੋਈ ਕੋੜੀ ਨੂੰ ਤੇ ਮਗਰੋਂ ਤਰਨ ਆਏ ਆਰਾਮ ਨਾਲ ਕੱਢੇ ਤਾਂ ਆਪੇ ਬੁੱਟੇ ਨਾ ਭਜਣ ਤੇ ਦਿਆਲ ਨੂੰ ਇਸ ਗੱਲ ਦਾ ਬੜਾ ਗੁੱਸਾ ਸੀ ਗੋਂਗਲੂ ਤੇ ਆਖਰ ਪੱਠੇ ਹੀ ਸਨ ਪਰ ਕਪਾਹ ਤੇ ਪੈਸੇ ਵਾਲੀ ਫਸਲ ਸੀ ਇੱਕ ਬਚਾ ਸੀ ਨਾ ਲਾਲ ਤੇ ਨਾ ਦਿਆਲ ਨੇ ਕਦੀ ਇੱਕ ਦੂਜੇ ਦੇ ਹੱਥੀਂ ਪੈਣ ਲਈ ਸੋਚਿਆ ਸੀ ਇਸ ਤੋਂ ਕੁਝ ਦਿਨ ਪਿਛੋਂ ਮੀਂਹ ਪਿਆ ਦਿਆਲ ਕੋਲ ਤੇ ਬਾਹਰ ਇੱਕ ਕੋਠਾ ਹੈ ਹੀ ਸੀ ਪਰ ਲਾਲ ਨੇ ਅਜੇ ਕੁਝ ਨਹੀਂ ਸੀ ਛੱਤਿਆ ਫਿਰ ਵੀ ਉਹ ਦਿਆਲ ਦੇ ਕੋਠੇ ਚ ਆ ਕੇ ਸਿਰ ਨਹੀਂ ਲੁਕਾਉਣਾ ਚਾਹੁੰਦਾ ਸੀ ਉਹਦੇ ਦੂਤੇ ਹੀਠਾਂ ਥੋੜਾ ਜਿਹਾ ਬਚਾ ਹੋ ਸਕਦਾ ਸੀ ਚਾਦਰ ਦੀ ਬੁੱਕਲ ਮਾਰ ਕੇ ਆਪਣੇ ਤੂਹ ਥੱਲੇ ਬੈਠਾ ਰਿਹਾ ਤੇ ਉੱਤੋਂ ਮੀਂਹ ਪੈਂਦਾ ਰਿਹਾ ਇਹ ਗੱਲ ਪਿੰਡ ਵੀ ਆ ਪੜ ਗਈ ਉਹਦੇ ਦੂਤੇ ਚ ਬਗਲਿਆਂ ਦੇ ਆਲਣੇ ਸਨ ਲੋਕੀ ਕਹਿੰਦੇ ਫਿਰਨ ਉੱਤੇ ਬਗਲੇ ਨਹਾਉਂਦੇ ਰਹੇ ਹੀਠਾਂ ਲਾਲ ਨਹਾਉਂਦਾ ਰਿਹਾ ਇਸ ਮੀਂਹ ਤੋਂ ਪਿੱਛੇ ਇਹ ਗੱਲ ਆਮ ਸੀ ਕਿ ਇੱਕ ਨਾ ਇੱਕ ਦਿਨ ਲਾਲ ਤੇ ਦਿਆਲ ਦੀ ਲੜਾਈ ਹੋਊਗੀ ਕੋਈ ਕਹਿੰਦਾ ਦਿਆਲ ਤਕੜਾ ਹੈ ਉਹ ਮਾਰੇਗਾ ਕੋਈ ਕਹਿੰਦਾ ਲਾਲ ਚ ਗੁੱਸਾ ਬਹੁਤ ਹੈ ਇਸ ਲਈ ਉਹ ਮਾਰੇਗਾ ਇਹ ਗੱਲਾਂ ਲਾਲ ਦੀ ਬੋਟੀ ਤਿੱਕਰ ਵੀ ਅਪੜਦੀਆਂ ਤੇ ਕਦੀ ਕਦੀ ਉਹ ਘਾਬਰ ਕੇ ਪੁੱਛਦੀ ਸੁਣਿਆ ਦਿਆਲ ਤੇਰੇ ਗਲ ਪੈਣ ਨੂੰ ਫਿਰਦਾ ਹੈ ਮੇਰੇ ਗਲ ਪੈ ਕੇ ਮਰਨਾ ਉਹ ਤੇ ਕੁਛ ਨਹੀਂ ਸਕਦਾ ਮੇਰੇ ਸਾਹਮਣੇ ਲਾਲ ਅੱਗੋ ਚੌੜਾ ਹੋ ਕੇ ਆਖਦਾ ਆਪਣੇ ਆਪ ਨੂੰ ਉੱਚਾ ਵਖਾਉਣ ਲਈ ਇੱਕ ਦਿਨ ਲਾਲ ਨੇ ਹੱਦ ਹੀ ਕਰਤੀ ਨਵੀਂ ਕਣਕ ਬੀਜਣ ਤੋਂ ਪਹਿਲਾਂ ਦਿਆਲ ਆਪਣੇ ਪੈਲੀ 'ਚ ਰੂੜੀ ਪਾਉਣਾ ਚਾਹੁੰਦਾ ਸੀ ਗੱਡੇਦਾਰਾ ਲਾਲ ਦੀ ਪੈਲੀ ਵਿੱਚ ਹੁੰਦੀ ਸੀ ਪਰ ਇਹ ਪੈਲੀ ਕਿਉਂਕਿ ਅੱਪੜ ਪਈ ਹੋਈ ਸੀ ਇਸ ਲਈ ਇਸ ਤੋਂ ਗੱਡਾ ਲੰਘਾਉਣ ਦਾ ਕੋਈ ਹਰਜ ਨਹੀਂ ਸੀ ਪਰ ਜਦੋਂ ਦਿਆਲ ਗੱਡਾ ਭਰ ਕੇ ਲਿਆਇਆ ਤਾਂ ਲਾਲ ਡਾਂਗ ਫੜ ਕੇ ਆਪਣੀ ਵਟ ਤੇ ਖਲੋ ਗਿਆ ਤੇ ਉਹਨੇ ਦਿਆਲ ਦਾ ਗੱਡਾ ਪਛਾਹ ਮੋੜਦਾ ਰਾਤ ਨੂੰ ਜਦੋਂ ਲਾਲ ਨੇ ਇਹ ਗੱਲ ਆਪਣੀ ਬੋਟੀ ਨੂੰ ਦੱਸੀ ਤਾਂ ਉਹਨੂੰ ਵਿਸ਼ਵਾਸ ਹੋ ਗਿਆ ਵੀ ਦਿਆਲ ਉਹਦੇ ਪਤੀ ਤੋਂ ਕੁਝ ਤਰ੍ਹਾਂ ਦਾ ਸੀ ਦਿਆਲ ਨੂੰ ਵੀ ਆਪਣੀ ਹਾਲਤ ਕੋ ਚੁੱਭਣ ਲੱਗ ਪਈ ਸੀ ਤੱਬੇ ਨਾਲ ਕੁਝ ਪੱਜ ਬਣਾਉਣ ਦੇ ਉਸ ਨਾਲ ਖਹਿਣ-ਖਹਿਣ ਕਰਦਾ ਸੀ ਤੇ ਇੱਕ ਦਿਨ ਖਾਓ ਪੀਓ ਨਾਲ ਲਾਲ ਆਪਣੀ ਘੋੜੀ ਤੇ ਚੜ ਕੇ ਪਿੰਡ ਆ ਰਿਹਾ ਸੀ ਰਾਹ ਚ ਇੱਕ ਖਾਲ ਤੇ ਦਿਆਲ ਤੇ ਇੱਕ ਹੋਰ ਬੰਦਾ ਸ਼ਰਾਬ ਪੀ ਰੇ ਸੀ ਉਹਨਾਂ ਲਾਲ ਨੂੰ ਵੇਖ ਲਿਆ ਤੇ ਲਾਲ ਨੇ ਉਹਨਾਂ ਨੂੰ ਖਾਲ ਤੋਂ ਲੰਘਣ ਲਈ ਘੋੜੀ ਨਹੀਂ ਹੌਲੀ ਹੋਣਾ ਹੀ ਸੀ ਲਾਲ ਦੇ ਹੱਥ 'ਚ ਕੇਵਲ ਸਖਣਾ ਗੜਵਾ ਸੀ ਕਿਹੜਾ ਏ ਦਿਆਲ ਨੇ ਜ਼ਰਾ ਲਮਕਾ ਕੇ ਕਿਹਾ ਮੈਂ ਆ ਲਾਲ ਲਾਲ ਨੇ ਤਕੜੇ ਹੋ ਕੇ ਕਿਹਾ ਤੇ ਫਿਰ ਤਰੂ ਕਰਕੇ ਘੋੜੀ ਨੂੰ ਪਾਣੀ ਪਿਆਣ ਲੱਗ ਪਿਆ ਜਿਸ ਤਰ੍ਹਾਂ ਕਹਿ ਰਿਹਾ ਹੋਵੇ ਆਜੋ ਮੈਂ ਤੇ ਖੜਾ ਵਾਂ ਪਰ ਆਇਆ ਕੋਈ ਨਾ ਤੇ ਲਾਲ ਨੇ ਪਾਣੀ ਪਿਆ ਕੇ ਘੋੜੀ ਧੋਰ ਲਈ ਘਾਰਾ ਕੇ ਲਾਲ ਨੇ ਵੋਟੀ ਨੂੰ ਦੱਸਿਆ ਵੀ ਮੈਂ ਸੋਚਿਆ ਜਿਹੜਾ ਆ ਗੜਵਾ ਮਾਰਾਂਗਾ ਸਿਰ 'ਚ ਤੇ ਘੋੜੀ ਤੇ ਚੜਿਆ ਬੰਦਾ ਉਂਝ ਵੀ ਚੌਂ ਬੰਦਿਆਂ ਤੇ ਭਾਰੂ ਹੁੰਦਾ ਜੀ ਨੂੰ ਮਰਜ਼ੀ ਹੋਵੇ ਲੈ ਕੇ ਮਾਰ ਦੇ ਸ਼ਾਬਾਸ਼ ਲਾਲ ਦੀ ਵੋਟੀ ਦੀ ਚਮਕਦੀਆਂ ਅੱਖਾਂ ਨੇ ਕਿਹਾ ਮੇਰਾ ਪਤੀ ਇਹ ਤੋਂ ਘੱਟ ਕੀ ਕਰ ਸਕਦਾ ਸੀ ਲਾਲ ਦਾਦਾ ਖੁਸ਼ ਸੀ ਅਜ ਉਹਦੀ ਉਹਦੀ ਗੱਲ ਵਿੱਚ ਵਧੇਰੇ ਠਰਮਾ ਸੀ ਉਦਾ ਪੈਰ ਬੜਾ ਫੱਬ ਕੇ ਭੁਹੇ ਤੇ ਟਿਕਦਾ ਸੀ ਤੇ ਉਹਦੇ ਬੱਚੇ ਉਹਨੂੰ ਡਾਢੇ ਪਿਆਰੇ ਲੱਗਦੇ ਸਨ ਫਿਰ ਇੱਕ ਰਾਤ ਕੁਝ ਕਿਣਮਣ ਕਿਣਮਣ ਜੀ ਰਹੀ ਕਿਣਮਣ ਦੇ ਆਲਸ ਤੋਂ ਲਾਲ ਨੇ ਧੰਮੀ ਵੇਲੇ ਉੱਠ ਕੇ ਮੱਝ ਨੂੰ ਪੱਠੇ ਨਾ ਪਾਏ ਪੱਠੀਆਂ ਦੇ ਹਿਰਸੇ ਵਿੱਚ ਮੱਝ ਸੰਗਲ ਖਿੱਚ ਕੇ ਮੇ ਨਾਲ ਢੱਲਾ ਹੋਇਆ ਕਿੱਲਾ ਪਟਾ ਗਈ ਚੰਗੇ ਦਿਨ ਚੜੇ ਉੱਠ ਕੇ ਲਾਲ ਬਾਹਰੋਂ ਸੜਕ ਤੋਂ ਮੱਝ ਲੱਭ ਕੇ ਤੇ ਅੱਗੇ ਵੰਡ ਪਾ ਕੇ ਚੋਣ ਬਹਿ ਗਿਆ ਮੱਝ ਦਾ ਪਸਮਾਜ ਬਹੁਤ ਢੱਲਾ ਸੀ ਕਿਸੇ ਪਹਿਲਾਂ ਚੋਲ ਹੀ ਹੋਈ ਜਾਪਦੀ ਸੀ ਐਵੇਂ ਵੰਡ ਦੇ ਲਾਲਚ ਨੂੰ ਹੀ ਦੂਜੀ ਵਾਰੀ ਮਿਲ ਰਹੀ ਸੀ ਪਰ ਕੋਈ ਕੌਣ ਇਹ ਨੂੰ ਚੋ ਸਕਦਾ ਸੀ ਦਿਆਲ ਤੋਂ ਬਿਨਾ ਤੇ ਕਿਸੇ ਤੋਂ ਮਿਲਦੀ ਨਹੀਂ ਬਸ ਦਿਆਲ ਨੇ ਹੀ ਚੋਈ ਸੀ ਚਾਰ ਚਾਰ ਧਾਰਾ ਮਾਰਨ ਪਿੱਛੋਂ ਸਾਰੇ ਥਣ ਖਾਲੀ ਹੋ ਗਏ ਗੜਵੇ ਚ ਤਿੰਨ ਚਾਰ ਛੰਨਿਆਂ ਦੀ ਥਾਂ ਮਸਾਈ ਕਛੰਨਾ ਦੁੱਧ ਸੀ ਹੁਣ ਕੀ ਬਣੇਗਾ ਦਿਆਲ ਨੇ ਤਾਂ ਬਹੁਤ ਹੀ ਮੂਰਖਤਾ ਕੀਤੀ ਸੀ ਆਪਣੀ ਵੋਟੀ ਨੂੰ ਲਾਲ ਹੁਣ ਕੀ ਕਹੇ ਉਹ ਜਾਣਦੇ ਸੀ ਕਿ ਦਿਆਲ ਤੋਂ ਬਿਨਾ ਉਹ ਮੱਝ ਕਿਸ ਤੋਂ ਮਿਲਦੀ ਹੀ ਨਹੀਂ ਤੇ ਦਿਆਲ ਤੋਂ ਆਪਣੀ ਮੱਝ ਚਵਾ ਕੇ ਉਹ ਆਪਣੀ ਵੋਟੀ ਦੇ ਸਾਹਮਣੇ ਚੁੱਪ ਕਰਕੇ ਕਿਸ ਤਰ੍ਹਾਂ ਬੈਠ ਸਕਦਾ ਸੀ ਹੋ ਸਕਦਾ ਸੀ ਲਾਲ ਉਸ ਨਾਲ ਉੱਚੀ ਨੀਵੀਂ ਗੱਲ ਕਰੇ ਤੇ ਦਿਆਲ ਅੱਗੇ ਵਾਂਗ ਨੀਵੀਂ ਖਿੱਚ ਜਾਏ ਤੇ ਇਸ ਤਰ੍ਹਾਂ ਲਾਲ ਦੀ ਇੱਜ਼ਤ ਵੱਜ ਜਾਏ ਸ਼ਾਇਦ ਉਹ ਡਾਂਗ ਸੋਟੇ ਨਾਲ ਉਹਦਾ ਬੂਹਾ ਵੀ ਠਕੋਰ ਸਕੇ ਪਰ ਘਰ ਤੇ ਉਹਦੇ ਦੋ ਜਵਾਨ ਸਾਲੇ ਆਏ ਹੋਏ ਸਨ ਉਹ ਤੇ ਉਹਨੂੰ ਬੂਹੇ ਦੇ ਨੇੜੇ ਵੀ ਨਹੀਂ ਆਉਣ ਦੇਣ ਲੱਗੇ ਲਾਲ ਬੈਠਾ ਮੱਝ ਨੂੰ ਹੋਰ ਪਸਮਾਉਂਦਾ ਰਿਹਾ ਪਰ ਹੁਣ ਬਹੁਤੀਆਂ ਧਾਰਾਂ ਥਣਾਂ ਚ ਨਾ ਆਈਆਂ ਅਖੀਰਲੇ ਡੋਕੇ ਵੀ ਹੁਣ ਮੁੱਕ ਚੁੱਕੇ ਸੀ ਅਚਨਚੇਤ ਲਾਲ ਨੂੰ ਇੱਕ ਫੁਰਨਾ ਫੁਰਿਆ ਡੁੱਲੇ ਹੋਏ ਦੁੱਧ ਬਾਰੇ ਇਹ ਅੰਦਾਜ਼ਾ ਲਾਉਣਾ ਔਖਾ ਹੁੰਦਾ ਵੀ ਕਿੰਨਾ ਕੁ ਸੀ ਥੋੜਾ ਦੁੱਧ ਵੀ ਡੁੱਲਿਆ ਹੋਇਆ ਬਹੁਤ ਜ਼ਿਆਦਾ ਲੱਗਦਾ ਹੈ ਜੇ ਉਹ ਗੜਵੇ ਵਾਲਾ ਦੁੱਧ ਡੋਲ ਦੇਵੇ ਤਾਂ ਆਪਣੀ ਬੋਟੀ ਨੂੰ ਕਹਿ ਸਕਦਾ ਸੀ ਵੀ ਮੱਝ ਨੇ ਲੱਤ ਮਾਰ ਕੇ ਡੋਲਤਾ ਹੱਥ 'ਚ ਫੜਿਆ ਗੜਵਾ ਉਹਨੇ ਮੁੱਦਾ ਕਰ ਦਿੱਤਾ ਮੀਨ ਨਾਲ ਸਾਰੇ ਥਾਂ ਚ ਇਕੜ ਹੋਇਆ ਸੀ ਤੇ ਕਿਧਰੇ ਕਿਧਰੇ ਪਾਣੀ ਦੀ ਨਿੱਕੀ ਨਿੱਕੀ ਛਪੜੀਆਂ ਵੀ ਬਣੀਆਂ ਸੀ। ਇਹ ਗਿੱਲ ਤੇ ਪਾਣੀ ਕਰਕੇ ਡੁੱਲਿਆ ਦੁੱਧ ਬਹੁਤ ਸਾਰਾ ਲੱਗਦਾ ਸੀ। ਲਾਲ ਆਪਣੇ ਕੰਮ ਤੋਂ ਸੰਤੁਸ਼ਟ ਸੀ। ਦੁੱਧ ਤੇ ਡੁਲਾਤਾ ਜਪੀੜ ਜੋਗੀ ਨੇ ਉਸ ਆ ਕੇ ਵਾਟੀ ਨੂੰ ਕਿਹਾ ਹਾਏ ਹਾਏ ਕਿਸ ਤਰ੍ਹਾਂ ਬਸ ਲੱਤ ਚੁੱਕ ਕੇ ਮਾਰੀ ਸੁ ਗੜਵੇ ਤੇ ਤੇ ਗੜਵਾ ਮੁੱਦਾ ਹੋ ਗਿਆ। ਦੋ ਸੋਟੇ ਨਹੀਂ ਮਾਰੀ ਦੇ ਇਹੋ ਜੀ ਮੱਝ ਨੂੰ ਵਾਟੀ ਨੂੰ ਅੱਠ ਪੈਰ ਦੁੱਧੋਂ ਸਖਣੇ ਰਹਿਣ ਤੋਂ ਖੇ ਜਾ ਰਹੀ ਸੀ। ਨਹੀਂ ਮਾਰਨਾ ਕੀ ਹੈ ਕਿਤੇ ਮੱਖੀ ਡੰਗ ਚਾ ਮਾਰੇ ਤਾਂ ਡੰਗਰ ਕਾਲਾ ਪੈ ਜਾਂਦਾ ਹੈ ਹੈ ਤੇ ਵਿਚਾਰੀ ਅਸੀਲ ਚੱਲੇ ਅੱਗੋਂ ਉੱਠ ਕੇ ਮੱਝ ਕੋਲ ਗਈ ਆ ਸਧਾਰਨ ਹਾਲਤ ਵਿੱਚ ਚੀਜ਼ ਵੇਖਣ ਨੂੰ ਹਰ ਇੱਕ ਦਾ ਜੀ ਕਰਦਾ ਜਿਵੇਂ ਡਿੱਗੇ ਹੋਏ ਜਹਾਜ਼ ਜਾਂ ਉਲਟੇ ਹੋਏ ਟਰੱਕ ਜਾਂ ਡੁੱਲੇ ਹੋਏ ਦੁੱਧ ਨੂੰ ਹਾ ਕਿੰਨਾ ਦੁੱਧ ਸੀ ਛੱਪੜ ਲੱਗਾ ਹੋਇਆ ਦੁੱਧ ਦਾ ਉਸ ਕਹਿ ਕੇ ਲਾਭ ਨੂੰ ਠੰਡ ਪਾ ਦਿੱਤੀ ਧੰਨਵਾਦ